ਵਾਹ ਵੀ ਵਾਹ, ਨੌਜਵਾਨ ਚੋਬਰ ਜੁੱਸੇ ਫਿੱਟ ਰੱਖਦੇ, ਕਹਿੰਦੇ ਪੂਰੇ ਤੜਕੇ ਤੜਕੇ ਹੈਲਦੀ ਸਮਾਨੇ ਦੇ ਨਾਲ ਤੇ ਬਣਾ ਲਿਆ ਚੋਬਰ ਨੇ ਸ਼ੇਕ ਦੇ ਤੜਕਾ ਤਾਂ ਕਾਹਦਾ ਖੈਰ ਦੁਪਹਿਰਾ ਹੋਣ ਵਾਲਾ ਗਾ ਤੇ ਹੈਲੋ ਕਰ ਗੱਲ ਕੋਈ ਨਾ ਸ਼ਾਂਤੀ ਚੈਕ ਬਈ ਚੋਬਰ ਨੇ ਤੜਕੇ ਉੱਠ ਕੇ ਜਚਾ ਤਾ ਖਾੜਾ ਤੇ ਇੱਧਰ ਨੌਜਵਾਨ ਨੇ ਪਰਨਾ ਚੱਕ ਲਿਆ ਜਿਵੇਂ ਖੇਤ ਜਾਣਾ ਹੁੰਦਾ ਮੈਂ ਭੁੱਲ ਹੀ ਗਿਆ ਤੇ ਇਹ ਮਿੱਤਰਾ ਭਾਈ ਆਪਣਾ ਸੁਰਿੰਦਰ ਨੰਬਰਦਾਰ ਗਵਾਂਢੀ ਅਤੇ ਰਾਤ ਆਪਾਂ ਇਹਦੇ ਕੋਲ ਰਹੇ ਸੀ ਬਠਿੰਡੇ ਇਹਨਾਂ ਦੀ ਪੀ ਜੀ ਅਤੇ ਸਮਾਂ ਹੋ ਗਿਆ ਇਸ ਵਕਤ ਸੁਰਿੰਦਰ ਕਿੰਨੇ 11:30 ਦੇ ਆਸ ਪਾਸ ਸਮਾਂ ਹੋ ਗਿਆ ਅਤੇ ਵੀਡੀਓ ਦੇਖਣ ਵਾਲੇ ਸਾਰੇ ਵੀਰਾਂ ਭੈਣਾਂ ਨੂੰ ਸਤਿ ਸ਼੍ਰੀ ਅਕਾਲ ਅਤੇ ਸਵਾਗਤ ਆਪਣੇ ਅੱਜ ਦੇ ਨਵੇਂ ਬਲੌਗ ਦੇ ਵਿੱਚ। ਅੱਜ 11 ਜੇਠ ਕੀ ਲੱਗਿਆ ਪਿਆ 11 ਜੇਠ 24 ਮਈ ਸਾਲ 2024 ਅਤੇ ਦਿਨ ਹੈਗਾ ਅੱਜ ਦਿਨ ਕਿਹੜਾ ਅੱਜ ਜ਼ਹਿਰ ਚ ਰਹਿ ਗਏ ਬਈ ਦਿਲ ਭੁੱਲੇ ਪਏ ਹੈਗੇ ਸ਼ੁੱਕਰਵਾਰ ਦਾ ਦਿਨ ਹੈਗਾ ਤੇ ਜੁੰਮਾ ਤੇ ਜਲਹਾਂ ਲਾ ਲਾ ਤੇ ਫਿਲਹਾਲ ਮਾੜਾ ਜਿਹਾ ਚੋਬਰ ਨਾਲ ਕੰਮ ਜਾ ਕੇ ਉਹਨੇ ਫਿਰ ਪਿੰਡ ਵਾਪਸੀ ਦੀ ਤਿਆਰੀ ਕਰਾਂਗੇ ਅਤੇ ਥੋੜ੍ਹਾ ਜਿਹਾ ਬਠਿੰਡਾ ਸ਼ਹਿਰ ਦੇਖ ਲਈਏ ਬਾਹਰ ਨਿਕਲ ਕੇ ਕਿਹੋ ਜਿਹਾ ਅਤੇ ਥੋੜ੍ਹੇ ਲੇਟ ਉੱਠੇ ਅੱਜ ਲਗਭਗ 9 ਵਜੇ ਦਾ ਸਮਾਂ ਹੋ ਗਿਆ ਸੀ ਜਦੋਂ ਜਾਗ ਆਈ ਆ ਅਤੇ ਰਾਤ ਲੇਟ ਸੋਤੇ 2:30 ਵਜੇ ਗੱਲਾਂ ਬਾਤਾਂ ਕਰਦੇ ਰਹੇ ਕਾਫੀ ਟਾਈਮ ਬਾਅਦ ਮਿਲੇ ਸੀਗੇ ਅਤੇ ਦਰਬਾਰ ਬਠਿੰਡੇ ਸ਼ਹਿਰ ਦਾ ਨਜ਼ਾਰਾ ਚੱਲੀਏ ਮਿੱਤਰਾ ਖੈਰ ਭਾਈ ਨਵੇਂ ਆਇਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਫੇਸਬੁੱਕ 'ਤੇ ਦੇਖ ਰਹੇ ਤਾਂ ਫੋਲੋ ਲਾਜ਼ਮੀ ਕਰਿਓ ਅਤੇ ਪਿੰਡਾਂ ਵਾਲਾ ਦੇਸੀ ਪ੍ਰਦੇਸੀ ਮਾਹੌਲ ਲੈ ਕੇ ਹਾਜ਼ਰ ਹੁੰਦੇ ਰਹੇ ਗਾਲ ਗੱਪੇ ਤੋਂ ਰਹੇ ਤਾਂ ਡੀਏਵੀ 'ਚ ਪੜ੍ਹਦਾ ਉਹ ਬਾਈ ਸ਼ਿੰਦਰਪਾਲ ਨਾਮ ਉਹਦਾ ਸਬਸਕ੍ਰਾਈਬਰ ਵੀ ਆਪਣੇ ਚੈਨਲ ਨਾਲ ਜੁੜਿਆ ਸੀ ਬਾਈ ਸ਼ਿੰਦਰਪਾਲ ਬਹੁਤ ਧੰਨਵਾਦ ਭਰਾ ਅਤੇ ਉਹ ਬਹੁਤ ਕਹਿਣਾ ਹੁੰਦਾ ਬਾਈ ਦਾ ਬਲੌਗ ਦੇਖਦਾ ਸ਼ੁਕਰੀਆ ਬਾਈ ਅਤੇ ਫੇਸਬੁੱਕ 'ਤੇ ਦੇਖ ਰਹੇ ਤਾਂ ਭਾਈ ਫੋਲੋ ਲਾਜ਼ਮੀ ਕਰਿਓ ਅਤੇ ਥੋੜ੍ਹਾ ਸਮਾਂ ਹਾਲੇ ਇੱਥੇ ਹੀ ਆ ਫਿਰ ਨਿਕਲਦੇ ਹਾਂਗੇ ਪਿੰਡ ਵਾਸਤੇ ਅੱਜ ਚੋਬਰ ਗਰਾਊਂਡ ਵੀ ਨਹੀਂ ਗਿਆ ਅਤੇ ਆਪਣਾ ਸਾਈਕਲਿੰਗ ਕਰਨ ਵੀ ਨਹੀਂ ਗਿਆ ਕਿਉਂਕਿ ਰਾਤ ਅਸੀਂ ਲੇਟ ਸੁੱਤੇ ਸੀਗੇ। ਪਹਿਲਾਂ ਰਾਤ ਮੇਰੀ ਵੀ ਸਲਾਹ ਸੀ ਕਿ ਸਵੇਰੇ ਚੱਲਾਂਗੇ ਸਾਈਕਲ ਚੱਕ ਕੇ ਚੱਲ ਗੇੜੇ 'ਤੇ ਆਵਾਂਗੇ, ਮਾੜੀ ਜਿਹੀ ਵਰਜਿਸ਼ ਹੋ ਜਾਂਦੀ ਇਹਨਾਂ ਨਾਲ ਸਰੀਰ ਖੁੱਲ੍ਹਾ ਰਹਿੰਦਾ ਅਤੇ ਰਾਤ ਫਿਰ ਅਸੀਂ ਗੱਲਾਂ ਬਾਤਾਂ 'ਚ ਬਹੁਤ ਭਿੜੇ ਰਹੇ ਰਾਤ 2:30 ਵਜੇ ਤੱਕ ਅਤੇ ਤਾਂ ਕਰਕੇ ਸਵੇਰੇ ਉੱਠਣ 'ਚ ਥੋੜ੍ਹੀ ਫਿਰ ਮੁਸ਼ਕਿਲ ਪੇਸ਼ ਆਈ। ਠੀਕ ਹੈ, ਚੰਗੇ ਚੱਲ ਰਹੇ ਦਿਨ ਘੋਟਾ ਵੀ ਠੀਕ ਹੈ। ਠੀਕ ਹੈ ਜੋ ਭਰਾ ਦੋ ਕਥਾਵਾਂ 'ਤੇ ਜਾ ਕੇ ਵਾਪਸ ਨੌਜਵਾਨ ਪਹੁੰਚ ਗਿਆ ਘਰ ਨੂੰ ਅਤੇ ਇੱਥੇ ਇੱਕ ਗੱਲ ਮਹਿਸੂਸ ਕਰੀ ਆ ਕੇ ਛਿੰਦਿਆ ਕਿ ਜਿਹੜੀ ਸ਼ਹਿਰ 'ਚ ਲੱਗਦੀ ਆ ਗਰਮੀ ਉਹ ਭੈੜੀ ਲੱਗਦੀ ਆ, ਜਿਹੜੀ ਇੱਥੇ ਗਰਮੀ ਲੱਗੀ ਥੋੜ੍ਹਾ ਟਾਈਮ ਬਾਹਰ ਜਾ ਕੇ ਭੈੜੀ ਗਰਮੀ ਲੱਗੀ। ਜਿਹੜੀ ਖੇਤ ਰਹਿ ਕੇ ਕੰਮ ਕਰਦੇ ਹਾਂ
ਉਹ ਮਤਲਬ ਇੰਨੀ ਭੈੜੀ ਨੀ ਲੱਗਦੀ, ਪਤਾ ਤਾਂ ਇਹ ਗੱਲ ਹੁੰਦੀ ਹੈ ਕਿ ਸਵੇਰੇ ਤੋਂ ਉੱਥੇ ਗਰਮੀ ਵਾਲੇ ਮਾਹੌਲ 'ਚ ਹਾਂ, ਇੱਕ ਤਾਂ ਇੱਥੋਂ ਠੰਡੇ 'ਚ ਨਿਕਲ ਗਏ ਸੀ ਅੰਦਰੋਂ ਤਾਂ ਕਰਕੇ ਮਾਹੌਲ ਆ ਜਾ ਕੋਈ ਨਾ ਸੇਵਾ ਪਾਣੀ ਫੁੱਲ ਹੈ ਪਰੌਂਠੇ ਖਾ ਲਓ ਗਾਇਸ, ਲਿਆ ਕੋਈ ਨਾ ਪੀਵਾਂਗੇ, ਲੱਸੀ ਵੀ ਜ਼ਰੂਰ ਪੀਵਾਂਗੇ ਸੱਜਣਾ, ਲੱਸੀ ਪੀਵਾਂਗੇ, ਲੱਸੀ ਵੀ ਰੋ ਗਾਇਸ, ਉਹ ਬੱਲੇ ਚੰਗਾ ਮਿੱਤਰਾ ਚੰਗਾ ਬਰੋ ਮਿਲਦੇ ਆ ਪਿੰਡ ਆ ਜਾਵਾਂਗੇ ਬਸ ਕੱਲ ਨੂੰ, ਇਹ ਬਈ ਕਹਿੰਦਾ ਤਾਂ ਹੀ ਹੁੰਦਾ ਗਾ ਠੀਕ ਹੈ, ਚੋਬਰ ਆਇਆ, ਚੋਬਰ ਵੀ ਇਹਦਾ ਮਿੱਤਰ ਭਾਈ ਆਪਣੇ ਨੇੜੇ ਪਿੰਡ ਮੱਲੜੀ ਤੋਂ, ਇਹਦਾ ਨਾ ਪਿਆਰ ਨਾਲ ਕੱਛੂ ਗੁੰਮਾ ਕਹਿੰਦੇ ਨੂੰ, ਚੰਗਾ ਪਹੁੰਚੋ ਫਿਰ ਓਕੇ ਬਰੋ ਟੇਕ ਕੇ ਆਏਗਾ ਪਿੰਡ ਆਵਾਂ ਕੱਲ ਨੂੰ, ਮਿਲਦੇ ਆ ਬ੍ਰੇਕ ਤੋਂ ਬਾਅਦ ਠੀਕ ਹੈ ਮਿੱਤਰਾ। ਬਠਿੰਡਾ ਜੀ ਬਠਿੰਡਾ ਸਿੱਧਾ ਬਠਿੰਡਾ ਸਰਦੂਗੜ੍ਹ ਤੋਂ, ਹਾਂਜੀ ਬਾਈ ਜੀ ਠੀਕ ਹੈ, ਉਹ ਬੱਲੇ ਤੇ ਮੁੜਕੁੜ ਕੇ ਦਾਸ ਪਹੁੰਚ ਗਏ ਆ ਵਾਪਸ, ਹਾਂ 12:24 12:36 37 ਘੰਟੇ ਬਾਅਦ ਘਰੇ, ਤੰਕੜੀ ਕੰਧ ਨਾਲ ਲੱਗੀ ਮੈਨੂੰ ਲੱਗਦਾ ਮੈਨੂੰ ਉਡੀਕੀ ਜਾਂਦੀ ਆ, ਨਹੀਂ ਨਹੀਂ ਪਾਇਆ ਪੈ ਨਹੀਂ ਇਹਦਾ ਚਾਰਾ, ਹੈਲੋ 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 ਸਤਿ ਸ਼੍ਰੀ ਅਕਾਲ ਬਾਈ ਸਾਰਿਆਂ ਨੂੰ, ਸਤਿ ਸ਼੍ਰੀ ਅਕਾਲ ਮਾਈ ਵੱਡੀ ਮਾਈ, ਬਸ ਉਹੀ ਲੇਟ ਹੋ ਗਏ ਕਰਕੇ ਲੇਟ ਉੱਠੇ ਰੋਟੀ ਪਾਣੀ ਖਾਂਦੇ ਕਰਦੇ, ਚੱਲੀ ਸੀ ਹਲੇ ਤਾਂ ਆਪਣੀ ਇੱਥੇ ਆ ਖਾਲੀ ਹੁਣ ਵੱਟ ਕੇ ਗਿਆ ਆਲੀ ਆ ਟੋਆ ਚੱਕ ਬਈ, ਨੌਜਵਾਨ ਆਉਂਦੇ ਸਾਰ ਉਹ ਲੈ ਕਰਤਾ ਕੰਮ, ਆਉਂਦੇ ਸਾਰ ਪੈਰ ਮਾਰ ਕੇ ਖਾਲੀ 'ਚ ਮਿੱਟੀ ਸਿੱਟਦੀ ਅਤੇ ਖਾਲੀ ਪਟਾ ਦੀ ਅਤੇ ਉੱਧਰੋਂ ਬਠਿੰਡੇ ਤੋਂ ਆਉਂਦੇ ਸਾਰ ਖੇਤ ਆ ਗਿਆ, ਅਤੇ ਚੋਬਰ ਕਹਿੰਦੇ ਅਸੀਂ ਖੇਤ ਜਾਂਦੇ ਹਾਂਗੇ, ਮੈਂ ਕਿਹਾ ਜੀ ਯਾਰ ਵੀ ਜਾਂਦੇ ਆ ਬਾਹਲੇ ਦਿਨ ਹੋ ਗਏ, 6-7 ਦਿਨ ਹੋ ਗਏ ਸੀਗਾ ਗੋ ਆਇਆ ਨੂੰ ਆਪਾਂ ਨੂੰ ਹੈ ਨਾ, ਮੈਂ ਕਿਹਾ ਮੈਂ ਵੀ ਜਾਊਂਗਾ ਅਤੇ ਆ ਪਾਈਪ ਲਾਈਨ ਵਾਸਤੇ ਆਪਾਂ ਖਾਲੀ ਬਟਾ ਲਈਏ ਅਤੇ ਉੱਧਰਲੀ ਪਾਈਪ ਲਾਈਨ ਨਾਲ ਜੋੜ ਦਾਂਗਾ ਜਿੱਥੇ ਟੋਆ ਗਾ, ਉਹ ਪਹਿਲਾਂ ਇਹ ਪੁਰਾਣੀ ਪਾਈਪ ਲਾਈਨ ਆਪਣੀ ਉਹ ਪੁਰਾਣੀ ਮੋਟਰ ਤੋਂ ਉੱਧਰਲੀ ਤੋਂ ਆਉਂਦੀ ਹੁੰਦੀ ਸੀ, ਅਤੇ ਆਪਾਂ 1.5 ਕਿੱਲਾ ਪਾਈਪ ਲਾਈਨ ਇੱਥੋਂ ਕਢਾ ਲਈ ਸੀਗੀ ਠੇਕੇ 'ਤੇ ਕਢਵਾਈ ਸੀ, 3500 ਰੁਪਇਆ ਕਿੱਲਾ ਠੇਕੇ ਦਾ, ਉਹ 3 ਫੁੱਟ ਡੂੰਘੀ ਖਾਲੀ ਪੱਟਣੀ ਹੈ ਤਾਂ ਲੈਂਦੇ ਨੇਗੇ, ਅਤੇ ਇੱਥੋਂ ਉਸੇ ਪਾਈਪ ਲਾਈਨ ਨਾਲ ਇੱਥੋਂ ਇਹ ਵਾਲੀ ਜੋੜਦਾ ਕਹਿੰਦੇ, ਹੁਣ ਉੱਥੇ ਦਿਖਾਉਂਦੇ ਆਪਣੀ ਨਵੀਂ ਮੋਟਰ, ਖੰਭਾ ਲਾ ਗਏ ਸੀਗੇ ਤਾਰਾਂ ਪਾ ਗਏ ਸੀ ਉਦੇ, ਮੈਂ ਤਾਂ ਗੱਗੂ ਕੇ ਬੀਜੀ ਸੀਗਾ, ਹਾਂ ਢਹਾ ਢਹਾਈ ਕਰਨ 'ਚ ਇਹ ਹੈਪੀ ਅਤੇ ਮਨਪ੍ਰੀਤ ਇਹ ਦੋਨੇ ਆ ਗਏ ਸੀਗੇ, ਅਤੇ ਖਾਲੀ ਦਾ ਨਹੀਂ ਮੈਨੂੰ ਪਤਾ ਕੀ ਰੇਟ ਆ, ਹਾਂ ਪਟਾਈ ਲਈ ਆ ਉਹਨੇ, ਖਾਲੀ ਵਾਲਾ ਕੀ ਰੇਟ ਲੈ ਗਿਆ ਕਿੱਲੇ ਦਾ ਬਈ,
₹4 ਫੁੱਟ ਖਾਲੀ ਵਾਲਾ ਕਰਦਾ ਹਿਸਾਬ ਕਿਤਾਬ ਕਹਿੰਦੇ ਹੈਂ 800 ਰੁਪਏ ਕਿੱਲਾ ਹੋ ਗਿਆ ਕਹਿੰਦਾ ਅਤੇ ਆਹ ਪਾਈਪਾਂ ਉੱਧਰੋਂ ਆਪਣੀ ਜਿਹੜੀਆਂ ਕੱਢੀਆਂ ਅਤੇ ਚੈੱਕ ਕਰੋ ਪਹਿਲਾਂ ਵਾਲੀਆਂ ਪਾਈਪਾਂ ਅਤੇ ਹੁਣ ਵਾਲੀਆਂ ਪਾਈਪਾਂ ਦਾ ਫਰਕ ਅਤੇ ਪੁਰਾਣੀ ਚੀਜ਼ ਤਾਂ ਫਿਰ ਵੀ ਘੈਂਟ ਹੁੰਦੀ ਆ ਮਿਟਾਈ ਦੇਖੋ ਇਹਨਾਂ ਦੀ ਬਈ 8 ਇੰਚੀ ਉੱਧਰਲੀਆਂ ਪਾਈਆਂ ਹੋਈਆਂ ਅਤੇ ਇਹ ਧੋ ਕੇ ਰੱਖ ਗਿਆ ਅੱਜ ਢੋਲ ਨਾਲ ਇਹ ਗੱਗੂ ਅਤੇ ਮਨਪ੍ਰੀਤ ਦਿਨੇ ਆਏ ਸੀਗੇ ਪ੍ਰੈਸ਼ਰ ਨਾਲ ਨਵਾ ਦੀਆਂ ਅਤੇ ਆਹ ਇਹਨਾਂ ਦੇ ਮੂੰਹ ਟੋਕੜੇ ਵੱਢਦੇ ਜਿੰਨੇ ਕੁ ਵੱਢਣੇ ਸੀ ਕੁਛ ਕਹਿੰਦੇ ਰਹਿੰਦੇ ਆ ਹਲੇ ਖਾਲ ਵੀ ਸਮਾਰ ਕੇ ਤੁਸੀਂ ਤਾਂ ਬਾਹਲੇ ਭੈੜੇ ਹੋਏ ਪਤਾ ਹੀ ਨਹੀਂ ਲੱਗਣ ਦੇ ਕਿਹੜੇ ਵੇਲੇ ਕੰਮ ਕਰ ਜਾਂਦੇ ਹੋ ਅਤੇ ਇਹ ਆਪਣੀ ਨਵੀਂ ਮੋਟਰ ਜਿਹੜੀ ਲਾਈ ਸੀ ਉਰੇ ਬੋਰ ਨਵਾਂ ਕਰਿਆ ਸੀਗਾ ਅਤੇ ਆਹ ਜੁੜ ਗਿਆ ਭਾਈ ਕਨੈਕਸ਼ਨ ਅਤੇ ਚੱਕ ਹੋਈ ਕੰਮ ਵਧਾਈਆਂ ਵਾਲਾ ਹੋ ਗਿਆ ਸੀ ਉਹਦੇ ਤੁਹਾਨੂੰ ਦੱਸਤਾ ਸੀ 4 ਕੁ ਦਿਨ ਪਹਿਲਾਂ ਕਿ ਬਾਈ ਖੰਭਾ ਪਾ ਕੇ ਕਨੈਕਸ਼ਨ ਜੋੜ ਗਿਆ ਅਤੇ ਓਕੇ ਰਿਪੋਰਟ ਮੋਬਲ ਕਰਤਾ ਅਤੇ ਆ ਕਿਰਾਂ ਅਸੀਂ ਕੰਮ ਚੱਲਦਾ ਜਾ ਕਰ ਲਿਆ ਇਹਦਾ ਬਕਸਾ ਬਣਵਾ ਲਾਂਗੇ ਜਾਂ ਛੋਟਾ ਜਿਹਾ ਇੱਥੇ ਕੋਠਾ ਬਣਾ ਦੇਂਗੇ ਉਹ ਦੇਖਦੇ ਹਾਂ ਕੀ ਮਾਹੌਲ ਕਰਨਾ ਹੈਗਾ ਅਤੇ ਬਾਕੀ ਚੈੱਕ ਵੀ ਕੋਈ ਚਾਹ ਚੜ੍ਹਦਾ ਨਵੀਂ ਮੋਟਰ ਲੱਗੀ ਦੇਖ ਕੇ ਅਤੇ ਮੋਟਰ ਤਾਂ ਅਸਲ 'ਚ ਆਪਣੀ ਬਾਈ ਇਹ ਪੁਰਾਣੀ ਹੈਗੀ ਇਹ ਉੱਥੇ ਪਿੱਛੇ ਹੁੰਦੀ ਸੀਗੀ ਜਿਹੜੇ ਵੀਰ ਪਹਿਲਾਂ ਜੁੜੇ ਉਹਨਾਂ ਦਾ ਪਤਾ ਹੀ ਆ ਕਿ ਇੱਧਰ ਸ਼ਿਫਟ ਕਰਾ ਲਈ ਪਿੱਛੇ ਉਸ ਬੋਰ ਤੋਂ ਅਤੇ ਇੱਕ ਮੋਟਰ ਇੱਧਰ ਰਹੇਗੀ ਉਹ ਪਿੱਛੇ ਅਤੇ ਆਪਾਂ ਟਰਾਂਸਫਾਰਮ 'ਤੇ ਪਹਿਲਾਂ ਪੈਸੇ ਵੱਧ ਭਰੇ ਹੋਏ ਸੀ ਵੱਡਾ ਟਰਾਂਸਫਾਰ ਰਖਾਇਆ ਹੋਇਆ ਸੀਗਾ ਅਤੇ ਇੱਕ ਮੋਟਰ ਦੇ ਮਤਲਬ ਊਰਜਾ ਬਚੀ ਪਈ ਸੀ ਟਰਾਂਸਫਾਰਮ 'ਚ ਅਜੇ ਅਤੇ ਉਹ ਇਸੇ ਕਰਕੇ ਵਿਚਾਈ ਸੀ ਕਿ ਆਪਾਂ ਸ਼ਿਫਟ ਕਰਾਉਣੀ ਸੀ ਪਿਛਲੇ ਸਾਲ ਦੀ ਫਾਈਲ ਲਾਈ ਹੋਈ ਸੀਗੀ ਅਤੇ ਪਹਿਲਾਂ ਫਿਰ ਪਿਛਲੇ ਸਾਲ ਝੋਨੇ ਦਾ ਕੰਮ ਆ ਗਿਆ ਸੀ ਵਿੱਚ ਤਾਂ ਕਰਕੇ ਉਦੋਂ ਕੰਮ ਠੱਲ ਲਿਆ ਸੀਗਾ ਫਿਰ ਲੱਗਦੀ ਨਹੀਂ ਸੀ ਇੰਨੀ ਛੇਤੀ ਫਿਰ ਐਵੇਂ ਝੋਨੇ 'ਚ ਤਾਰਾਂ ਖਿੱਚੀ ਫਿਰਦੇ ਕਿ ਨਹੀਂ ਗੱਗੂ ਅਤੇ ਹੁਣ ਇਹ ਪੈਪ ਇੱਥੇ ਜੋੜ ਦਿਆਂਗੇ ਅਤੇ ਸਿੱਧਾ ਪਾਣੀ ਉਸੇ ਨੱਕੇ 'ਚ ਨਿਕਲਦਾ ਹੋ ਜੂਗਾ ਅਤੇ ਬਾਕੀ ਉੱਧਰਲੀ ਪੈਪ ਲੈਣ ਆਪਣੀ ਪਈ ਜਾਂਦੀ ਆ ਵੱਡੀ ਮੋਗੇ ਵਾਲੀ ਲੋਟਾ ਮਾਹੌਲ ਉਹ ਵੀ ਅਤੇ ਪਨੀਰੀ ਕੋਲ ਗਏ ਨਹੀਂ ਥੋੜ੍ਹੀ ਥੋੜ੍ਹੀ ਹਲੋਰ ਉੱਥੇ ਵੱਜਣ ਲੱਗ ਪਈ ਆ ਅਤੇ ਆਹ ਇੱਥੇ ਥੋੜ੍ਹਾ ਜਿਹਾ ਕੰਮ ਕਰਕੇ ਉੱਧਰ ਜਾ ਕੇ ਦੇਖਦੇ ਹਾਂ ਪਨੀਰੀ ਕਿੱਡੀ ਕੀ ਹੋ ਗਈ ਆ 8-9 ਕੁ ਦਿਨ ਹੋ ਗਏ ਲਾਈ ਨੂੰ 8 ਦਿਨ ਹੋ ਗਏ ਕਿ 9 ਪਾਪਾ ਪਨੀਰੀ ਲਾਈ ਨੂੰ 8 28 ਪੀ 67 9 ਦਿਨ ਹੋ ਗਏ ਲਾਈਟ ਕਿੰਨੇ ਵਜੇ ਆਉਂਦੀ ਆ 5 ਵਜੇ ਇੱਥੇ ਕਰਦਾ ਗੱਗੂ ਜਮਾਂ ਬਰਾਬਰ ਕਰਨੀ ਖੜਮੀ ਇਹ ਤੇਰੇ ਐਤਕੀ ਸੁੰਡ ਨਹੀਂ ਲਾਉਂਦੇ ਬਾਈ ਇੱਥੇ ਸੁੰਡ ਪਾਇਪ ਅਤੇ ਉਹ ਗਰਮੀਆਂ 'ਚ ਗਰਮੀ ਪੈ ਕੇ ਉੱਤੋਂ ਮੱਚਾ ਮਚਾਈ ਹੋ ਜਾਂਦੀ 2-3 ਸਾਲਾਂ 'ਚ ਖਰਾਬ ਜਿਹਾ ਹੋ ਜਾਂਦਾ ਗਾ ਫਿਰ ਉਹ ਗੱਲ ਜੀ ਨਹੀਂ ਰਹਿੰਦੀ ਅਤੇ ਇੱਥੇ ਬੈਂਟ ਲਾ ਕੇ ਸਿੱਧਾ ਥੱਲੇ ਬੈਂਟ ਲਾ ਕੇ ਕੰਮ 90 ਡਿਗਰੀ ਕੋਣ 'ਤੇ ਕਰ ਦਿਆਂਗੇ ਹਲਕਾ ਜਿਹਾ ਲੋਡ ਤਾਂ ਪਊਗਾ ਬੈਂਟ ਪਾਣੀ ਨੂੰ ਠੱਲ ਕੇ ਜਾਂਦਾ ਫਿਰ ਖੂੰਜੇ 'ਚ ਥੋੜ੍ਹਾ ਜਿਹਾ ਚੱਲ 2 ਬੈਂਡ ਹੀ ਆ ਇੱਕ ਉੱਥੇ ਕਿਹੜਾ ਬਾਹਲੀ ਦੂਰ ਆ ਪੈਪ ਲੈਣ ਇੱਥੋਂ ਹੀ ਆਊਗੀ 2.5 ਕਿੱਲੇ ਵਾਟ ਪਰਲੇ ਪਾਸੇ ਵਾਲੇ ਸਾਰੇ ਮੂੰਹ ਵੱਢਦੇ ਸੀ ਅੱਛਾ ਵਿੱਚ ਕਿਵੇਂ ਖੜੇਗਾ ਇਹਦੇ ਪੈ ਖਾਲੀ ਦੇ ਫਿਰ ਕਸੀਆ ਨਹੀਂ ਚੱਲਣਾ ਉਤਰਦਾ ਗਿਆ ਰੇਡਾ ਜਿਹਾ ਡਰਨਾ ਤਾਂ ਕਾਹਦੇ ਤੋਂ ਅੱਗੂ
ਵਾਹਿਗੁਰੂ ਖੇਤੀ ਸੀਗਾ ਓਏ ਚੱਲ ਜਾ ਚੱਲ ਜਾ ਵਾਹਿਗੁਰੂ ਦਿਖਾਉਣ ਅੜ ਗਈ ਝੱਗੀ ਜਾਣਾ ਤੇਰੇ ਬਾਈ ਪਹਿਲਾਂ ਡਿਲੀਵਰੀ ਪੈਪ ਆਪਣੇ 6 ਪਾਈਆਂ ਸੀਗੀਆਂ ਤੇ ਉਦੋਂ ਬਾਅਦ ਇਹ ਨੌਜਵਾਨ ਇੱਕ ਦਿਨ ਤੜਕੇ ਤੜਕੇ ਆ ਕੇ ਇੱਕ ਪੈਪ ਹੋਰ ਪਾ ਗਏ ਸੀਗੇ ਤੇ 7 ਪਾਤੀਆਂ ਹੁਣ ਤੇ ਬੋਰ ਕੀਤਾ ਆਪਣਾ ਇਹ 85 ਫੁੱਟ ਡੂੰਘਾ ਤੇ ਲੋਟਾ ਕੰਮ 10 ਦੀ ਮੋਟਰ ਹੈਗੀ ਤੇ ਉਦੋਂ ਬਾਅਦ ਦੁਬਾਰੇ ਮੈਂ ਤਾਂ ਅੱਜ ਆਇਆ ਦੇਖਣ ਕਿਉਂ ਸਤਪਾਲ ਕਿਵੇਂ ਰਿਪੋਰਟ ਹਲਕਾ ਅੱਜ ਤਾਂ ਝੱਗ ਜਿਹੀ ਆਉਂਦੀ ਸੀ ਹਲਕੀ ਜਿਹੀ ਐਂ ਜੀ ਕੀ ਵੱਢ ਕੇ ਲਿਆਉਣਾ ਉੱਥੋਂ ਸੁੰਡ ਆਰੀ ਹੈ ਆਇਆ ਪੁਰਾਣੀ ਮੋਟਰ ਕੋਲ ਕਿਹੜਾ ਦਬਾ ਲਿਆ ਵਾ ਚੈੱਕ ਵੀ ਤੇ ਓਕੇ ਆ ਰਿਪੋਰਟ ਜਮਾਇਣ ਤੇ ਆਹ ਪੈਪਾਂ ਪਾਵਾਂਗੇ ਕੱਲ੍ਹ ਨੂੰ ਪਾਵਾਂਗੇ ਬਾਈ ਹੈਂ ਤੜਕੇ ਠੰਡੇ ਮਿੱਠੇ ਟਾਈਮ ਕਹਿੰਦੇ ਪਾਵਾਂਗੇ ਤੇ ਉਦੋਂ ਬਾਅਦ ਤਾਂ ਸੇਕ ਭੈੜੀ ਕਰਨ ਲੱਗ ਜਾਂਦਾ ਗਾ ਤੇ ਇਹਦੇ ਜੋੜ ਆਪ ਹੀ ਲਾ ਦਿਆਂਗੇ ਮੱਖਣਾ ਹੈਂ ਮਿਸਤਰੀ ਕਿਹੜਾ ਮਿਸਤਰੀ ਹੁੰਦੇ ਸਾਰੇ ਪਹਿਲਾਂ ਦਰਸ਼ਨ ਚਾਚੇ ਨੇ ਲਾਏ ਹੋਏ ਆ ਜੋੜ ਮਿਸਤਰੀ ਨੇ ਸਾਰੇ ਕੁਛ ਵੀ ਨੀ ਹੋਇਆ ਕੁਛ ਨੀ ਪਤਾ ਲੱਗਿਆ ਜਮਾਂ ਕਿਸੇ ਨੂੰ ਪਹਿਲਾਂ ਥੋੜੀ ਜਿਹੀ ਮਿੱਟੀ ਮੈਂ ਪਾ ਗਿਆ ਜਿੱਥੇ ਸਤਪਾਲ ਦਾ ਪੈਰ ਆ ਬਈ ਇੱਥੇ ਉਹ ਪੈਪ ਨੰਗੀ ਕਰੀ ਪਿਆ ਉਹ ਸੀ ਉਹ ਦੇਖੋ ਤਾਂ ਕੰਨੀ ਦਿਸੀ ਜਾਂਦੀ ਉੱਠੀ ਜੀ ਓਏ ਗੁਰੂ ਆ ਸੀ ਹਾਂ ਮੂੰਗੀ ਇੱਧਰਲਾ ਵਣ ਵਿਹਲਾ ਹੋਊਗਾ ਆਇਆ ਫਿਰ ਤੁਰੇ ਚੱਲਦੇ ਆ ਕੋਈ ਨਾ ਮੈਂ ਤੈਨੂੰ ਉਹ ਕਹਿੰਦਾ ਸੀਗਾ ਪੈਪ ਡੂਸਰ ਜੇ ਧਰ ਲਿਆ ਉੱਥੋਂ ਪੁਰਾਣਾ ਸੁੰਡ ਡੂਸਰ ਤੇ ਉਹ ਥੋੜ੍ਹਾ ਜਿਹਾ ਵੱਢ ਕੇ ਲਿਆਉਣਾ ਸਿਸਟਮ ਜਿਹੜਾ ਆਪਣਾ ਉਹ ਰਹਿੰਦਾ ਗਾ ਤੇ ਉਹ ਹਾਂ ਲੋਟਾ ਕੰਮ ਤੇ ਆਹ ਨੌਜਵਾਨ ਦੇ ਵੀ ਆਪਾਂ ਉਹ ਕਰਨੀ ਹੈਗੀ ਤੜਕੇ ਪੈਪ ਲੈਣ ਪਵਾਏਗਾ ਤੇ ਇਹਦਾ ਉਹ ਚਾਲੂ ਕਰਨੀ ਹੈਗੀ ਸੋਲਰ ਮੋਟਰ ਤੁਸੀਂ ਪੈਪ ਨਹੀਂ ਲਵਾ ਕੇ ਅੱਜ ਚਾਲੂ ਕਰਨੀ ਸੀ ਤੜਕੇ ਮੈਨੂੰ ਫੋਨ ਲਾਈ ਜਾਂਦਾ ਸੀ 9 ਵਜੇ ਉਦੋਂ ਮੈਂ ਉੱਠਦੇ ਸੀ ਉਦੋਂ ਮੈਨੂੰ ਤਾਂ ਇਹ ਤੂੰ ਆ ਰਿਹਾ ਹੋਵੇਂਗਾ ਨਹੀਂ ਮੈਂ ਰਾਤ ਲੇਟ ਹੋ ਗਿਆ 9 ਵਜੇ ਤਾਂ ਰਾਤ ਮੈਂ ਉਦੋਂ ਹੀ ਸ਼ਾਪਿੰਗ ਕਰਨ ਦਾ ਮਾਰਾ ਰਹਿ ਬਣਾ ਬਠਿੰਡੇ ਅੱਜ 9:05 ਤੇ ਬਠਿੰਡੇ ਉਤਰਿਆ ਉਦੋਂ ਬਾਅਦ ਕੋਈ ਟਾਈਮ ਹੀ ਨਹੀਂ ਸੀ ਬੱਸ ਦਾ ਗੁਰੂ ਜਦੋਂ ਮਰਜ਼ੀ ਆ ਚੜਾ ਲਿਆਉਂਦੇ ਸੀ ਤੂੰ ਰਾਤ ਫੋਨ ਕਰ ਦਿੰਦਾ ਹੈ ਕਿ ਛਿੰਦੇ ਹੋਰੀ ਆਰਾਮ ਨਾਲ ਉਹਨਾਂ ਕੋਲ ਲੇਟ ਜਾਂਦਾ ਹੈ ਭਾਈ ਏਸੀ ਚੱਲਦਾ ਸੀ ਫਿਰ ਤੈਨੂੰ ਪਤਾ ਹੀ ਆ ਬਈ ਤੇ ਰਾਤ ਫਿਰ ਗੱਲਾਂ ਬਾਤਾਂ ਕਰਦੇ ਕਰ ਤੜਕੇ ਫਿਰ ਇਹਦਾ ਨੌਜਵਾਨ ਦਾ 9 ਵਜੇ ਫੋਨ ਆਇਆ ਮੈਂ ਕਿਹਾ ਉੱਠਣ ਦੀ ਸਲਾਹ ਜੀ ਕਰੀ ਜਾਂਦੇ ਹਾਂ ਹਲੇ ਤੇ ਹੁਣ ਚੱਲਦੇ ਹਾਂ ਉਹ ਉੱਥੇ ਜਿੱਥੇ ਆਪਣੀ ਮੋਟਰ ਆਉਂਦੀ ਸੀ ਪੁਰਾਣੀ ਡੂਸਰ ਤੇ ਉਹ ਸੁੰਡ ਇੱਥੇ ਬਈ ਆਪਣੀ ਸੀਗੀ ਪੁਰਾਣੀ ਮੋਟਰ ਅਤੇ ਕਈ ਵੀਰ ਪੁੱਛਦੇ ਹੁੰਦੇ ਸੀ ਕਿ ਪਹਿਲਾਂ ਦੱਸਦਾ ਸੀ ਇੱਕ ਦਿਨ ਵੀਡੀਓ 'ਚ ਦੁਬਾਰੇ ਜ਼ਿਕਰ ਕਰ ਦਿੰਦੇ ਹਾਂ ਕਿ ਬਈ ਇੱਥੋਂ ਮੋਟਰ ਕਾਹਤੋਂ ਸ਼ਿਫਟ ਕਰ ਲਈ ਤੁਸੀਂ ਅਤੇ ਅਸਲ 'ਚ ਇਹ ਬਈ ਪਹਿਲਾਂ ਭਾਪੇ ਉਹਨਾਂ ਨਾਲ ਵਿੜੀ ਹੁੰਦੀ ਸੀਗੀ ਕੰਮ ਕਰਦੀ ਅਤੇ ਉਹ ਮਿੱਤਰਤਾ ਸੀ ਸਮਝ ਲਓ ਅਤੇ ਉਹ ਕਹਿੰਦੇ ਬਈ ਤੁਸੀਂ ਇੱਥੋਂ ਕਨੈਕਸ਼ਨ ਨੇੜੇ ਲੱਗਦਾ ਸੀਗਾ ਕਿ ਇੱਥੋਂ ਪਾਈਪ ਲਾਈਨ ਲੈ ਜਾਓ ਪਾ ਕੇ ਅਤੇ ਨਾਲੇ ਮੈਂ 2 ਕਿੱਲੇ ਪਾਲੀ ਜਾਊਂ ਅਤੇ ਨਾਲੇ ਤੁਸੀਂ
ਸਸਤਾ ਪੈ ਜੂ ਕੰਮ ਸਾਧਨ ਥੋੜ੍ਹਾ ਜਿਹਾ, ਤਾਂ ਇੱਥੇ ਲਾ ਲਈ ਸੀ। ਕੋਈ ਤਬਾਦਲਾ ਨਹੀਂ ਸੀ, ਕੋਈ ਖਰਚਾ ਨਹੀਂ ਸੀ, ਕੋਈ ਰਜਿਸਟਰੀ ਨਹੀਂ ਸੀਗੀ, ਬਸ ਊਂ ਹੀ ਲਾਈ ਹੋਈ ਸੀਗੀ ਲਿਹਾਜ਼ ਤੌਰ 'ਤੇ, ਤਾਂ ਕਰਕੇ। ਅਤੇ ਬਾਕੀ ਆਹ ਆਪਣਾ ਸਮਾਨ ਇਹ ਕੱਢਣਾ ਹੈਗਾ ਬੋਰ ਵਾਲਾ, ਅਤੇ ਜਿੱਦਾਂ ਮਿਸਤਰੀ ਪਹਿਲਾਂ ਜਿਹਾ ਹੋਇਆ, ਅਤੇ ਇਹ ਕੱਢ ਕੇ ਉੱਧਰ ਦੂਜੇ ਕੋਸਲੇ ਵਾਲੇ ਪਾਸੇ ਬਾਹਣਾ ਜਿਹੜਾ, ਉਹਦੇ 'ਚ ਬੋਰ ਲਾਉਣਾ, ਉੱਥੇ ਕੰਮ ਆਈਗਾ। ਕਿਉਂ ਛੇਤੋ ਅਤੇ ਆਹ ਸੋਲਰ ਇਸ ਬਾਹਣ ਵਾਲੇ ਭਾਈ ਚਾਚੇ ਨੇ ਲਾਈ ਹੈਗੀ, ਠੀਕ ਹੈ। ਅਤੇ ਸਟਾਟਰ ਸਟੂਟਰ ਇੱਥੋਂ ਆਪਣਾ ਸਾਰਾ ਲੈ ਕੇ ਪੱਟ ਕੇ, ਖੰਭਾ ਤਾਰਾਂ ਇੱਕ ਖੰਭਾ ਰਹਿ ਗਿਆ ਉਹ, ਅਤੇ ਉਹ ਭਾਈ ਬਿਜਲੀ ਵਾਲੇ ਆਪਦਾ ਹਿਸਾਬ ਕਰਨਗੇ। ਅਤੇ ਆਹ ਸਿਸਟਮ ਆਇਆ, ਹੁਣ ਆਪਾਂ ਚੱਕਣ ਆਏ ਹਾਂ ਕਿ ਸੁੰਡ ਅਤੇ ਡੂਸਰ ਬੱਗੂ, ਉਹ ਪੈਪ ਨਾਲ ਹੀ ਵੱਢ ਲਾ ਜਿਹੜੀ ਆਪਣੀ, ਉਹ ਪੈਪ ਲੈਣ ਵਾਲੀ ਆ। ਲੈ ਇੱਧਰੋਂ ਮਾੜੇ ਖੜੇ, ਉਹ ਇਹੀ ਹੈਗੀ ਆਪਾਂ ਤਾਂ ਡੂਸਰ ਤੱਕ ਲਿਆਉਣਾ, ਹੁਣ ਉਹ ਨਾਟ ਤਾਂ ਨਿਕਲਣੇ ਨਹੀਂ, ਫਿਰ ਕੱਢ ਲਾਂਗੇ ਉਹਨੇ ਕਿ ਟੁਕੜੇ ਹੀ ਵੱਢ ਲੈਂਦੇ ਆ। ਖੜਾ ਹਾਂਜੀ ਸਰ, ਚੱਲ ਤਾਂ ਲੈ ਲਾ ਕੋਈ ਨਾ, ਤੂੰ ਗੁੱਸਾ ਵਾਲਾ ਕਰ ਜਾਂਦਾ ਇੱਕ ਤਾਂ। ਗੱਦੜ ਜੀ ਇੱਕਾ ਨਾ ਮਾਰਿਆ ਕਰੋ, ਰੱਖਣਾ ਉਹ ਯਾਰ ਚੱਲਦੀ ਨਹੀਂ ਆ ਰਹੀ, ਖੜਕਾ ਹੀ ਹੁੰਦਾ ਗੱਲਾਂ। ਦੇਖੀ ਉਹ ਭਾਰੀ ਆ ਪਰਾਂ ਬੈਂਡ, ਉਹ ਕਿੱਧਰ ਵੱਗ ਗਿਆ, ਖੂਹ ਵਾਲਾ ਡੂੰਘਾ ਕਰ ਰੱਖਿਆ ਉਹ ਵੀ ਇਹਨਾਂ ਨੇ। ਹਾਂ ਇੱਥੇ ਵੀ ਆਪਣੀ ਮੋਨੋ ਬਲਾਕ ਹੁੰਦੀ ਸੀ ਪਹਿਲਾਂ ਬਈ, ਮੱਛੀ ਵਾਲਾ ਸਮਾਨ ਸੀਗਾ, ਫਿਰ ਮੱਛੀ ਪਾ ਦਿੱਤੀ ਬਾਅਦ 'ਚ ਜਦੋਂ ਕੰਮ ਨਹੀਂ ਹਿਸਾਬ ਸਿਰ ਆਇਆ ਸੀਗਾ। ਚਲੀਏ ਗੁ ਬਚਾਲ ਉਤਾਰ ਲਾ ਮੋਢੇ 'ਤੇ, ਤਾਂ ਲੌਂਕਦਾ ਤੁਰਿਆ ਜਾਊਗਾ ਯਾਰ। ਅਤੇ ਕੱਲ੍ਹ ਪਰਸੋਂ ਕਾਲੀ ਵੀਡੀਓ 'ਤੇ ਇੱਕ ਬਾਈ ਕਹਿੰਦਾ ਸੀਗਾ, ਤੁਸੀਂ ਗੱਲ ਯਾਦ ਆ ਗਈ ਮੈਨੂੰ, ਕਹਿੰਦਾ ਬਾਈ ਤੁਹਾਡੇ ਮਨ 'ਚ ਖੋਟ ਆ, ਤੁਹਾਡਾ ਜੌਂਡੀਅਰ ਤੁਸੀਂ ਕਿੱਥੇ ਲਾ ਰੱਖਿਆ, ਕਹਿੰਦਾ ਤੁਸੀਂ ਜੌਂਡੀਅਰ ਕਿਉਂ ਨਹੀਂ ਲਾਉਂਦੇ ਮਿੱਟੀ ਪਾਉਣ 'ਤੇ। ਹਾਂ ਸੀਗੀ ਆ, ਉਹ ਬੈਂ ਉਹ ਮੁਸਕਿਆ 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 ਖਰਾਬ ਹੋ ਜੂਗਾ ਕੰਮ ਦੇ ਜੂ ਇਹ, ਅਤੇ ਗੱਲ ਬਾਈ ਪਹਿਲਾਂ ਵੀ ਕਈ ਵਾਰੀ ਦੱਸੀ ਹੈ ਕਿ ਬਹੁਤੇ ਵੀਰ ਕਨਫਿਊਜ਼ ਹੋ ਜਾਂਦੇ ਹੈਗੇ, ਅਤੇ ਬਾਕੀ ਬਾਈ ਕਹਿੰਦਾ ਸੀਗਾ ਕਿ ਤੁਹਾਡਾ ਜੌਂਡੀਅਰ ਕਿੱਥੇ ਲੁਕੋਇਆ ਗਾ, ਤੁਸੀਂ ਲਾਉਂਦੇ ਨਹੀਂ, ਤੁਹਾਡੇ ਮਨ 'ਚ ਖੋਟਾ ਗੱਗੂ ਦੇ ਮਿੱਟੀ 'ਤੇ ਤੁਸੀਂ ਜੌਂਡੀਅਰ ਲਾਓ। ਅਤੇ ਦੁਬਾਰੇ ਫਿਰ ਦੱਸ ਦਿੰਦਾ ਭਰਾਵਾ ਤੇਰੀ ਜਾਣਕਾਰੀ ਵਾਸਤੇ, ਆਪਣੇ ਕੋਲ ਸੋਨਾਲੀਕਾ ਅਤੇ ਪ੍ਰਾਹੁਣੇ ਦਾ ਹੁੰਦਾ ਉਹ ਜੌਂਡੀਅਰ, ਅਤੇ ਤੂੜੀ ਵੇਲੇ ਉਹ ਜੌਂਡੀਅਰ ਤੂੜੀ ਵਾਲੀ ਮਸ਼ੀਨ 'ਤੇ ਲਾਉਂਦੇ ਹੁੰਦੇ, ਉਦੋਂ ਸੋਨਾਲੀਕਾ ਆਪਣਾ ਪ੍ਰਾਹੁਣੇ ਲਵੇ ਹੁੰਦਾ, ਅਤੇ ਉਹਦਾ ਜੌਂਡੀਅਰ ਉਹਨਾਂ ਦਾ ਆਪਣੇ ਲਵੇ ਹੁੰਦਾ ਗਾ, ਠੀਕ ਹੈ। ਅਤੇ ਬਾਕੀ ਮਨ 'ਚ ਖੋਟ ਵਾਲੀ ਕੋਈ ਸਾਡੇ ਤਾਂ ਹੈ ਨਹੀਂ ਭਰਾਵਾ, ਹੁੰਦਾ ਜਿਹੜੇ ਇਹੋ ਜਿਹੇ ਗੱਲਾਂ ਕਰਦੇ ਆ ਉਹਨਾਂ ਦੇ ਆ ਫਿੱਕ ਪਵਾਉਣ ਵਾਲੀਆਂ ਗੱਲਾਂ, ਕਿਉਂ ਗੱਗੂ ਕੁਛ ਕਹਿਣਾ? ਹਾਂ ਕਮੈਂਟ ਵੀ ਕੋਈ ਹਿਸਾਬ ਸਿਰ ਨਹੀਂ ਲਿਖਿਆ ਸੀਗਾ, ਤੂੰ ਪੜ੍ਹ ਲਈ ਆਪਾਂ ਡਿਲੀਟ ਨਹੀਂ ਕਰਿਆ ਗਾ। ਅਤੇ ਬਾਈ ਚੱਲ ਕੋਈ ਨਾ, ਰੱਬ ਬੋਲਣ ਦੀ ਮੱਤ ਬਖਸ਼ੇ ਤੈਨੂੰ ਭਰਾਵਾ। ਹਾਂ ਚੱਲ ਕੋਈ ਨਾ, ਰਾਜੀ ਖੁਸ਼ੀ ਰੱਖੇ ਮਾਲਕ। ਹਾਂਜੀ ਨੌਜਵਾਨ ਆ, ਤੇਰੀ ਪਨੀਰੀ ਵੀ ਸੋਹਣੀ ਉੱਗ ਰਹੀ।
ਕਿੰਨੇ ਦਿਨਾਂ ਦੀ ਲਾਏਗਾ ਖੇਤੋਂ ਪਨੀਰੀ? ਬਾਲੀ ਨੀ ਹੋਜੂਗੀ, ਦੱਸੂਗੀ ਕੀ ਬਣਦਾ। ਕਈ ਵਾਰੀ ਬੰਦੇ ਮਾੜਾ ਮੋਟਾ ਲੇਟ ਲੇਟ ਹੋ ਜਾਂਦੇ, ਰੋਜ਼ਾ ਨੇ ਮਾਰਦੀ ਵੀ ਠੀਕ ਆ। ਨੌਜਵਾਨ ਨੇ ਉਗਰਦੀ ਹੋਈ ਉਗਰੀ ਹੋਈ ਪਨੀਰੀ ਅੱਜ ਦੇਖੀ ਆ, ਤੇ ਉਦਨ ਦਾ ਗੱਗੂ ਕਾ ਕੰਮ ਨੀ ਲੋਟ ਆਇਆ ਸੀਗਾ। ਕੂਸਗਾ ਲੱਗਦਾ ਸੀਗਾ, ਉੱਥੇ ਮੱਟ ਜਾਂਦੇ ਸੀ ਰੋਜ਼ ਚੱਕ ਕੇ ਛੈਣੀ ਥੋੜੇ, ਤੇ ਬਾਜਰਾ ਵੀ ਆਪਣਾ ਸੁੱਖ ਨਾਲ ਵਾਹਵਾ ਹੋ ਗਿਆ। ਥੋੜੇ ਦਿਨਾਂ ਨੂੰ ਵਾਢਾ ਲਾ ਲਾਂਗੇ ਇਹ, ਹੁਣ ਤਾਂ ਵਾਢੇ ਵਾਲਾ ਹੋ ਵੀ ਜਾਂਦਾ ਜੇ ਯੂਰੀਆ ਇੱਕ ਅੱਧੀ ਵਾਰੀ ਵੱਧ ਪਾ ਦਿੰਦੇ, ਤੇ ਯੂਰੀਆ ਦੇ ਥੋੜ੍ਹਾ ਜਿਹਾ ਕੰਟਰੋਲ ਕਰਿਆ ਹੋਇਆ ਤਾਂ ਕਰਕੇ। ਤੇ ਬਾਕੀ ਰੇਹ ਸਪਰੇ ਦੀ ਇਹਨੂੰ ਲੋੜ ਹੀ ਨਹੀਂ ਹੁੰਦੀ ਜੀ, ਰੇਹ ਦੀ ਤਾਂ ਮਤਲਬ ਪਾਉਣੀ ਪੈਂਦੀ ਆ ਮਾੜੀ ਮੋਟੀ, ਤਾਂ ਸਪਰੇ ਸਪਰੂ ਨੂੰ ਕੋਈ ਕਾਣਾ ਮੀਣਾ ਨਹੀਂ ਹੁੰਦਾ ਇਹ, ਨਾ ਸੁਪਰ ਨੇਪੀਅਰ ਵਾਢਾਂ ਵਾਲਾ। ਬਸ ਇਹ ਆ ਹਰਾਣੀ ਮੁੱਖ ਦਾ, ਚਾਰ ਵਾਢਾਂ ਪੱਕੀਆਂ। ਅਤੇ ਇੱਧਰ ਆਪਣੀ ਪਾਈਪ ਲਾਈਨ 'ਤੇ ਵੀ ਝਾਤ ਮਾਰ ਲਈ ਹੈ ਵੱਡੀ ਮੋਗੇ ਵਾਲੀ, ਅਤੇ ਆਪਣੀ ਘਰ ਵਾਲੀ ਪਾਈਪ ਲਾਈਨ ਦੋ ਤਿੰਨ ਦਿਨ ਖੋਦਾ ਖਦਾਈ ਕਰੀ ਗਏ ਸੀਗੇ, ਬਚੀ ਕਿ ਨਾ ਛੱਡ ਦੀ ਨਾ ਜੀ ਹੈ ਕੋਈ। ਅਤੇ ਆਹ ਜੋੜ ਤਾਂ ਇਹਦੇ ਉੱਖੜੇ ਪਏ ਆ ਉਹ ਛੱਤੂ ਮਸਾਲਾ, ਹੈਂ ਮਸਾਲਾ ਕੀ ਕਿਤੇ ਊਂ ਨਾ ਇੱਥੇ ਪਾਣੀ ਐਂ ਨਿਕਲ ਆਇਆ ਕਰੇ, ਤੁਰ ਤੱਕ ਆ ਵੀ ਨਾ ਆਪਣੇ ਤੱਕ ਰਾਂ ਜੀ ਨਿਕਲਦਾ ਫਿਰ ਇੱਥੇ ਕਿਉਂ ਉੱਖੜਿਆ। ਗੱਲ ਤਾਂ ਇਹੀ ਹੈ ਸੋਚਣ ਵਾਲੀ, ਪਰ ਪਿੱਛੇ ਤਾਂ ਠੀਕ ਸੀ ਉਦੋਂ ਵੇਖਦੇ ਰਹੇ ਪਹਿਲਾਂ। ਆਹ ਆਪਣੀ ਪਾਈਪ ਲਾਈਨ ਉਹੀ 8 ਇੰਚ ਜਿਹੜੀ ਉੱਥੋਂ ਜੋੜਾਂਗੇ, ਅਤੇ ਉਸ ਕੂੰਜੇ ਤੋਂ ਜੁੜ ਜੂਗੀ ਇਹ, ਅਤੇ ਉਹ ਮੋਟਰ ਦਾ ਪਾਣੀ ਇੱਥੇ ਆਉਂਦਾ ਹੋਜੂਗਾ, ਅਤੇ ਇੱਕ ਦੂਜੀ 6 ਇੰਚ ਇੱਧਰ ਨਿਕਲਦੀ ਆ ਉਹ ਪਿਛਲੀ ਮੋਟਰ ਤੋਂ ਆਉਂਦੀ ਆ ਪਾਈਪ ਲਾਈਨ। ਅਤੇ ਬਾਕੀ ਸਹੂਲਤਾਂ ਮਾਹੌਲ ਮੋਗੇ ਵਾਲੀ ਪਾਈਪ ਲਾਈਨ ਪੈਂਦੀ ਪੈਂਦੀ ਬਸ ਲਗਭਗ ਸਰੀ ਹੋਜੂ ਕੰਮ ਥੋੜ੍ਹੇ ਦਿਨਾਂ 'ਚ। ਹਾਂਜੀ ਸਰ, ਨਹਾ ਧੋ ਕੇ ਜਿੰਮ ਦੀ ਡਿਊਟੀ 'ਤੇ ਹਾਜ਼ਰ ਹੋ ਗਏ ਸੀ ਦਾਸ, ਫਿਲਹਾਲ ਜਿੰਮ ਤੋਂ ਛੁੱਟੀ, ਆਪਾਂ ਨੂੰ ਚੱਲਦੇ ਹਾਂ ਘਰਾਂ ਨੂੰ, ਅਤੇ ਨਾਲ ਹੀ ਆਪਣੇ ਬਲੌਗ ਦਾ ਨਿਬੇੜਾ ਕਰਦੇ ਹਾਂ ਇੱਥੇ। ਅਤੇ ਉਮੀਦ ਕਰਦੇ ਹਾਂ ਵਧੀਆ ਲੱਗਿਆ, ਉਹ ਲਾਈਕ ਵਾਲਾ ਅੰਗੂਠਾ ਜਿਹਾ ਲਾਜ਼ਮੀ ਦੱਬਿਓ, ਅਤੇ ਨਵੇਂ ਆਏ ਚੈਨਲ ਨੂੰ ਸਬਸਕ੍ਰਾਈਬ ਕਰਿਓ, ਫੇਸਬੁੱਕ 'ਤੇ ਦੇਖ ਰਿਹਾ ਤਾਂ ਫੋਲੋ ਵੀ ਲਾਜ਼ਮੀ ਕਰਿਓ। ਪਿੰਡਾਂ ਵਾਲਾ ਦੇਸੀ ਪ੍ਰਦੇਸੀ ਮਾਹੌਲ ਲੈ ਕੇ ਹਾਜ਼ਰ ਹੁੰਦੇ ਰਹਾਂਗੇ, ਅਤੇ ਕੱਲ੍ਹ ਨੂੰ ਪਾਉਂਦੇ ਹਾਂ ਪਾਈਪ ਲਾਈਨ 'ਤੇ, ਮਿਲਦੇ ਹਾਂ ਕੱਲ੍ਹ ਨੂੰ ਸਵੇਰੇ 7 ਵਜੇ ਨਵੇਂ ਬਲੌਗ ਦੇ ਨਾਲ। ਧੰਨਵਾਦ ਸਾਰੇ ਵੀਰਾਂ ਭੈਣਾਂ ਦਾ ਵੀਡੀਓ ਨੂੰ ਐਂਡ ਤੱਕ ਦੇਖਣ ਵਾਸਤੇ, ਜੁੜੇ ਰਹੋ ਚੈਨਲ ਦੇ ਨਾਲ। ਸਤਿ ਸ਼੍ਰੀ ਅਕਾਲ ਜੀ।